आपां इस समय खड़े हैं जी अकाल लंगर गुरद्वारा गुरसागर मस्तौना साहब। आ वीर हरमीक सिंह, ये देखो किसान मजदूर संघर्ष जिहड़ा हुण जोरां ते चल रहा है, दिल्ली दे बार्डर सारे किसानां ने घेरे होए ने काले कानून रद्द कराउण लई। ये वीर हरमीक सिंह, क्योंकि इस करके असीं इहदी वीडियो जां गल्लबात आपां कर रहे हां तां कि होर लोकां नूं पता लगे जिहड़े हजे तक इन्हां बार्डरां दे उपर इस संघर्ष दे विच नहीं गए, तां कि उहनां नूं जागृति आ जाए। जिहड़े घरां च बैठे ने हजे तक भी वह जाके इन्हां बार्डरां दे उपर जाके इस संघर्ष दे विच अपना योगदान पाउण जिहड़े हजे तक नहीं गए। वीर हरमीक सिंह है, आ देखो किसान यूनियन का झंडा इन्हां ने लाया होया है। ये बठिंडे तो चले जी वीर, बठिंडे तो ये देखो शरीरक तौर पर बेचारा अपाहजत है, अपाहजत होने के बावजूद भी ये जिहड़ा उत्साह है और दलेरी है, एक हिम्मत है, ये दिल्ली तो जाके हुण वापस आ रहे हैं दिल्ली। वीर हरमीक सिंह जी, सत श्री अकाल जी। वाहिगुरू जी का खालसा, वाहिगुरू जी की फतेह। ਤੁਸੀਂ ਬਠਿੰਡੇ ਤੋਂ ਕਿੰਨੀ ਤਰੀਕ ਨੂੰ ਚੱਲੇ ਸੀਗੇ? ਮੈਂ 25 ਤਰੀਕ ਨੂੰ ਚੱਲੇ ਸੀ, 25/12/2020 ਲਿਖਿਆ ਹੋਇਆ ਮੇਰਾ। ਅੱਛਾ ਅੱਛਾ, ਆਹ ਦੇਖੋ ਵੀਰ ਨੇ ਲਿਖਿਆ ਜੀ 25/12/2020 ਬਠਿੰਡਾ ਦਿੱਲੀ ਚੱਲੋ। ਇਹਨਾਂ ਨੇ ਸਪੈਸ਼ਲ ਲਿਖ ਕੇ ਲਾਇਆ ਔਰ ਕਿਸਾਨ ਯੂਨੀਅਨ ਦਾ ਝੰਡਾ ਲਿਖਿਆ, ਹਿੰਮਤ ਦੇਖੋ ਇਹਨਾਂ ਨੇ। ਅੱਛਾ, ਤੁਹਾਡੇ ਮਨ ਵਿੱਚ ਕਿਵੇਂ ਆਇਆ ਵੀ ਮੈਂ ਵੀ ਜਾਵਾਂ ਤੁਸੀਂ, ਕਿਉਂਕਿ ਸਰੀਰਕ ਤੌਰ 'ਤੇ ਤੁਹਾਡਾ ਬੇਸ਼ੱਕ ਸਿਹਤ ਇਜਾਜ਼ਤ ਨਹੀਂ ਦਿੰਦੀ? ਪਰ ਮੈਂ ਹੀ ਕੁਛ ਕੁ ਲੋਕਾਂ ਤੋਂ ਸੁਣ ਰਿਹਾ ਸੀਗਾ ਯਾਰ ਉੱਥੇ ਕੀ ਆ, ਉਹਨਾਂ ਤਾਂ ਉਹਨਾਂ ਦਾ ਕੰਮ ਹੈਗਾ, ਉਹ ਬੈਠੇ ਨੇ। ਪਰ ਮੈਂ ਇਹ ਸੋਚ ਰਿਹਾ ਵੀ ਸਾਰਿਆਂ ਦਾ, ਇਹ ਕਿਸਾਨ ਮਜ਼ਦੂਰ ਜਿਹਨੂੰ ਘਾਟਾ ਪੈਣਾ ਸਾਰਿਆਂ ਨੂੰ ਪੈਣਾ, ਇਕੱਲੇ ਨੂੰ ਨਹੀਂ ਪੈਣਾ, ਕਿਸਾਨਾਂ ਨੂੰ ਨਹੀਂ ਪੈਣਾ ਜੀ, ਸਾਰਿਆਂ ਨੂੰ ਪੈਣਾ। ਰੁਜ਼ਗਾਰ ਹੋਣਗੇ ਸਾਰੇ ਹੋਣਗੇ, ਕੰਮ ਕਾਰ ਸਾਰੇ ਬੰਦ ਹੋਣਗੇ। ਇਹ ਮਤਲਬ ਕਿ ਜਿਹੜੀ ਮੋਦੀ ਸਰਕਾਰ ਆ, ਇਹਨਾਂ ਨੇ ਜੋ ਵੀ ਰੋਡ ਵੀ ਬਣਾਏ ਆ, ਕੁਛ ਵੀ ਬਣਾਇਆ, ਜਿਹੜਾ ਆਨੀ ਬਾਨੀ ਵਾਸਤੇ ਬਣਾਇਆ, ਆਮ ਲੋਕਾਂ ਵਾਸਤੇ ਮੁੜ ਬਣਾਇਆ ਇਹ ਜਿਹੜਾ ਰੋਡ ਬਣਾਇਆ। ਕੁਛ 10 ਸਾਲਾਂ ਪਹਿਲਾਂ ਸਰਕਾਰਾਂ, ਇੱਕ ਕਹਾਵਤ ਆਈ ਠੀਕ ਹੈ ਜਿਹੜੀ ਆਪਣੀ ਸਰਕਾਰਾਂ ਲਈ ਕੁਛ ਮੈਂ ਕਹਿਣਾ ਚਾਹੁੰਦਾ ਹੈਗਾ ਵੀ ਚਿੱਟੇ ਬਗਲੇ ਨੀਲੇ ਮੋਰ, ਸਾਰੇ ਪਾਸੇ ਚੋਰ ਹੀ ਚੋਰ ਹੈ। ਵਾਹ ਜੀ ਵਾਹ, ਚਿੱਟੇ ਬਗਲੇ ਨੀਲੇ ਮੋਰ, ਸਾਰੇ ਪਾਸੇ ਚੋਰ ਹੀ ਚੋਰ, ਸਰਕਾਰਾਂ ਨੂੰ ਇੱਕ ਕਟਾਕਸ਼ ਹੈ। ਆਹ ਦੇਖੋ, ਅੱਛਾ ਤੁਸੀਂ ਫਿਰ ਰਸਤੇ ਦੇ ਵਿੱਚ ਠਹਿਰਦੇ ਕਿੱਥੋਂ? ਠਹਿਰਦੇ ਜ਼ਿਆਦਾਤਰ ਤਾਂ ਮੈਂ ਗੁਰਦੁਆਰਾ ਸਾਹਿਬ ਠਹਿਰਦਾ ਜੀ, ਜਿਵੇਂ ਹਰਿਆਣੇ ਦੇ ਵਿੱਚ ਕਈ ਜਗ੍ਹਾ ਹੈ ਨਹੀਂ, ਉੱਥੇ ਆਪਣੇ ਲੰਗਰ ਲੱਗੇ ਹੋਏ ਹਰਿਆਣੇ ਵਾਲੇ ਵੀਰ ਵੱਲੋਂ, ਉੱਥੇ ਲੰਗਰ ਦੇ ਵਿੱਚ ਸਾਰਾ ਇੰਤਜ਼ਾਮ ਹੈ ਰੁਕਣ ਦਾ, ਕੋਈ ਦਿੱਕਤ ਨਹੀਂ ਉੱਥੇ। ਅੱਛਾ, ਬਠਿੰਡੇ ਤੋਂ ਲੈ ਕੇ ਤੁਸੀਂ ਦਿੱਲੀ ਤੱਕ ਸਿੰਘੂ ਬਾਰਡਰ 'ਤੇ ਗਏ ਸੀ, ਇਹ ਤੁਹਾਨੂੰ ਕਿੰਨੇ ਦਿਨ ਲੱਗ ਗਏ ਦਿੱਲੀ ਤੋਂ ਲੈ ਕੇ ਉੱਥੇ ਤੱਕ? 9 ਦਿਨ ਦੇ ਆਸ ਪਾਸ ਲੱਗ ਗਏ ਸੀਗੇ, 9ਵੇਂ ਦਿਨ ਮੈਂ ਸਵੇਰੇ 9 ਵਜੇ ਪਹੁੰਚ ਗਿਆ ਸੁੱਤੇ। ਅੱਛਾ, ਹਾਂਜੀ ਜੀ, 9 ਬਠਿੰਡੇ ਤੋਂ ਤੁਹਾਨੂੰ 9 ਦਿਨ ਦਿੱਲੀ ਤੱਕ ਲੱਗ ਗਏ, ਦਿੱਲੀ ਫਿਰ ਕਿੰਨੇ ਦਿਨ ਰਹੇ? ਦਿੱਲੀ ਮੈਂ 3-4-5-6 ਨੂੰ ਵਾਪਸ ਆਇਆ ਉੱਥੇ। ਅੱਛਾ, ਹਾਂਜੀ। ਅੱਛਾ, 4-5 ਦਿਨ ਤੁਸੀਂ ਦਿੱਲੀ ਰਹੇ। ਅੱਛਾ, ਉੱਥੇ ਜਾ ਕੇ ਤੁਸੀਂ ਦੇਖਿਆ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਜਾਂ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਰਹਿੰਦੇ ਨੇ ਉਹਨਾਂ ਦਾ ਉਤਸ਼ਾਹ ਤੁਸੀਂ ਕਿਵੇਂ ਵੇਖਿਆ? ਉਹ ਵੀ ਬਹੁਤ ਜ਼ਿਆਦਾ ਆਉਂਦੇ, ਸੇਵਾ ਵੀ ਕਰਾ ਕੇ ਜਾਂਦੇ ਹੈਗੇ, ਪਰ ਆਪਣਾ ਜਿਹੜਾ ਮਤਲਬ ਕਿ ਉੱਥੇ ਕਿਸੇ ਨੂੰ ਆਪਾਂ ਕਹਿੰਦੇ ਕੋਈ ਦਿੱਕਤ ਨਹੀਂ ਆ ਰਹੀ ਉੱਥੇ, ਕੱਪੜੇ ਵੀ ਤੁਹਾਨੂੰ ਧੋਣ ਲਈ ਮਸ਼ੀਨਾਂ ਲੱਗੀਆਂ ਹੋਈਆਂ, ਮਦੀਨਾ ਮਿਲਣਗੇ ਰੋਟੀ ਪਾਣੀ, ਕੋਈ ਦਿੱਕਤ ਨਹੀਂ ਉੱਥੇ, ਜਾਣਾ ਚਾਹੀਦਾ ਹਰ ਇੱਕ ਬੰਦੇ ਨੂੰ, ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਉੱਥੇ ਜਾਣਾ ਚਾਹੀਦਾ ਉੱਥੇ ਸੰਘਰਸ਼ ਦੇ ਵਿੱਚ। ਅੱਛਾ, ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਇਹ ਰੱਦ ਕਰੂਗੀ ਕਿਸ ਤਰ੍ਹਾਂ? ਕਰੂਗੀ, ਥੋੜ੍ਹਾ ਸਮਾਂ ਲੱਗੂਗਾ, ਕਰੂਗੀ ਜੋ ਕਰੂ ਕਹਿੰਦੇ ਨੇ, ਬਾਕੀ ਪੰਜਾਬ ਵਾਲੇ ਸਾਰੇ ਵੀਰ ਹਰਿਆਣੇ ਵਾਲੇ ਰਾਜਸਥਾਨ ਵਾਲੇ ਮਿਲ ਕੇ ਕਰਾ ਲੈਣਗੇ। ਅੱਛਾ, ਹਾਂਜੀ, ਕਰਾ ਲੈਣ, ਕਰਨੀ ਪੈਣੀ ਸਰਕਾਰ ਨੂੰ। ਹਾਂ, ਇਹ ਪੰਜਾਬ ਵਾਲੇ ਕਿਸਾਨਾਂ ਨੇ ਸਾਰੇ ਹਿੰਦੁਸਤਾਨ ਨੂੰ ਜਗਾਇਆ, ਚੱਲ ਸਾਰੇ ਜਾਗ ਹੁਣ ਤਾਂ ਸਾਰੇ ਇੰਡੀਆ ਦੇ ਵਿੱਚੋਂ ਸਾਰੇ ਕਿਸਾਨ ਯੂਨੀਅਨ ਨੇ ਜਿਹੜੀਆਂ, ਹਾਂ ਪੂਰੇ ਵਰਲਡ ਦੇ ਵਿੱਚ 450 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਭਾਰਤ ਦੇ ਵਿੱਚ ਵੀ, ਉਹ ਵੀ ਉੱਠੀਆਂ ਨੇ ਪੂਰੇ ਵਿਦੇਸ਼ਾਂ। ਅੱਛਾ, ਤੁਸੀਂ ਉੱਥੇ ਗਏ ਸੀ ਸਿੰਘੂ ਬਾਰਡਰ 'ਤੇ, ਅਤੇ ਤੁਹਾਨੂੰ ਵਿਦੇਸ਼ਾਂ ਵਾਲੇ ਜਿਹੜੇ ਬੰਦੇ ਆਏ ਉੱਥੇ ਮਿਲੇ, ਉਹਨਾਂ ਨੇ ਵੀ ਉਹਨਾਂ ਦਾ ਉਤਸ਼ਾਹ ਤੁਸੀਂ ਕਿਵੇਂ ਦੇਖਿਆ? ਉਹ ਬਹੁਤ ਜ਼ਿਆਦਾ ਉਹਦਾ ਮੀਡੀਆ, ਵਿਦੇਸ਼ੀ ਮੀਡੀਆ ਇੰਟਰਵਿਊ ਮੇਰੇ ਕਾਫੀ ਹੋਏ ਨੇ, ਘੱਟੋ ਘੱਟ 20 ਦੇ ਆਸ ਪਾਸ ਇੰਟਰਵਿਊ ਹੋ ਚੁੱਕੇ ਨੇ। ਅੱਛਾ, ਹਾਂਜੀ, ਕਾਫੀ ਅਲੱਗ ਅਲੱਗ ਚੈਨਲਾਂ ਵੱਲੋਂ ਵੀ, ਹੋਰ ਵੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਉਪਰ ਹੈਗਾ। ਮੈਂ ਸਾਰਿਆਂ ਦਾ ਧੰਨਵਾਦ ਕਰ ਰਿਹਾ ਜਿਹਨਾਂ ਨੇ ਸੋਸ਼ਲ ਮੀਡੀਆ ਵਗੈਰਾ 'ਤੇ ਪਾਇਆ ਅਤੇ ਹੋਰ ਵੀ ਚੈਨਲ ਵਾਲਿਆਂ ਦਾ ਜੀ, ਕਿਉਂਕਿ ਅਸੀਂ ਤੁਸੀਂ ਉਸ ਦਿਨ ਜਦੋਂ ਲੰਘੇ ਹੋ ਮਸਤਵਾਣਾ ਸਾਹਿਬ ਤੋਂ ਲੰਗਰ ਦੇ ਵਿੱਚ ਇੱਥੇ ਰੁਕੇ ਸੀ, ਮੁੜਦੇ ਹੋਏ ਵੀ ਰੁਕੇ ਹੋ, ਉਹਦੇ ਵੀ ਚਾਹੁੰਦੇ ਸੀ ਤੁਹਾਡੇ ਨਾਲ ਗੱਲਬਾਤ ਕਰਨੀ, ਕਿਉਂਕਿ ਮਸਤਵਾਣਾ ਸਾਹਿਬ ਤੋਂ ਵੀ ਉੱਥੇ ਦਵਾਈਆਂ ਦੇ ਜਿਹੜੇ ਲੰਗਰ ਨੇ ਚੱਲ ਰਹੇ ਨੇ ਔਰ ਉਤਸ਼ਾਹ ਹੈ ਸੰਗਤਾਂ ਦੇ ਵਿੱਚ। ਪਰ ਜਿਹੜੇ ਇਹ ਕਾਲੇ ਕਾਨੂੰਨਾਂ ਦੀ ਬਾਬਤ ਜਿਵੇਂ ਹੁਣ ਸੁਪਰੀਮ ਕੋਰਟ ਦਾ ਫੈਸਲਾ ਕੱਲ੍ਹ ਇੱਕ ਆਇਆ, ਉਹ ਵੀ ਕਮੇਟੀ ਬਣਾ ਦਿਓ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਈ? ਉਹ ਕਮੇਟੀਆਂ ਦੇ ਸਰਕਾਰ ਦੇ ਅੱਜ ਸਾਰਾ ਕੁਛ ਹੈ, ਉਹ ਸਰਕਾਰ ਦੀਆਂ ਹੁੰਦੀਆਂ, ਉਹ ਤਾਂ ਇੱਕ ਉਹਨਾਂ ਦਾ ਚਾਲਬਾਜ਼ੀ ਹੁੰਦੀ ਹੈ ਵੀ ਥੋੜ੍ਹਾ ਜਿਹਾ ਇੱਧਰ ਘੁੰਮਾ ਲਓ, ਇੱਧਰ ਨਹੀਂ ਤਾਂ ਇੱਧਰ ਘੁੰਮਾ ਲਓ, ਆਪਣਾ ਜਿਹੜਾ ਨਿਸ਼ਾਨਾ ਹੈ ਕਾਨੂੰਨ ਰੱਦ ਕਰਾਉਣ ਦਾ ਹੀ, ਰੱਦ ਕਰਾਉਣਾ ਮੇਨ, ਰੱਦ ਕਰਾਉਣਾ ਅਤੇ ਰੱਦ ਹੀ ਕਰਾਉਣੇ ਹੈਗੇ, ਹੋਰ ਕੋਈ ਟਾਰਗੇਟ ਨਹੀਂ ਹੈਗਾ, ਮੇਨ ਟਾਰਗੇਟ। ਅੱਛਾ, ਹਾਂਜੀ, ਮੈਂ ਕੋਸ਼ਿਸ਼ ਕਰੂੰਗਾ ਦੁਬਾਰਾ ਸਮਾਂ ਮਿਲਿਆ ਦੁਬਾਰਾ ਜਾਊਂ ਪਹੁੰਚੂੰਗਾ ਉੱਥੇ ਦੁਬਾਰਾ ਫਿਰ। ਅੱਛਾ, ਤੁਸੀਂ ਪਰਿਵਾਰ ਦੇ ਵਿੱਚ ਤੁਹਾਡੇ ਕੀ ਕੌਣ ਨਹੀਂ ਜੀ ਨੇ ਪਰਿਵਾਰ ਤੁਹਾਡਾ? ਪਰਿਵਾਰ ਵਿੱਚ ਭਰਾ ਭਰਜਾਈਆਂ ਸਾਰੇ ਮੇਰੇ ਨੇ ਅਤੇ ਮੈਂ ਅਨਮੈਰਿਡ ਹੈਗਾ, ਵੈਸੇ ਕੋਈ ਦਿੱਕਤ ਨਹੀਂ, ਵਾਹਿਗੁਰੂ ਦੀ ਕਿਰਪਾ ਹੀ, ਅਦਾ ਮੋਟਰਾਂ ਦਾ ਕੰਮ ਕਰੀਦੇ, ਮੈਂ ਮੋਟਰਾਂ ਦਾ ਕੰਮ ਕਰਦਾ ਜੀ।
अच्छा ਤੁਸੀਂ ਮੋਟਰਾਂ ਬੰਨਣ ਦਾ ਬਾਈਂਡਿੰਗ ਦਾ ਕੰਮ ਕਰਦੇ ਹੋ ਤੇ ਉਹ ਬਹੁਤ ਆਪਣੀ ਕਿਰਤ ਆ ਵੀਰ ਨੂੰ ਬੇਨਤੀ ਹੈ ਵੀ ਇਧਰਲੇ ਪਾਸੇ ਦਿਖਾਓ ਜੀ ਆ ਇਹ ਸਾਰਾ ਸਮਾਨ ਦੇਖੋ ਵੀ ਵੀਰ ਦਾ ਇੱਕ ਅਪਾਹਜਤ ਹੋਣ ਦੇ ਬਾਵਜੂਦ ਵੀ ਇਹਦੇ ਕਾਲੇ ਕਾਨੂੰਨਾਂ ਦੀ ਬਾਬਤ ਲਿਖ ਕੇ ਲਾਇਆ ਹੋਇਆ ਕਾਲੇ ਕਾਨੂੰਨ ਰੱਦ ਕਰੋ ਵੀਰ ਨੇ ਪਿੱਛੇ ਬੋਰਡ ਲਾਇਆ ਹੈ ਬਠਿੰਡਾ ਤੋਂ ਦਿੱਲੀ ਦੇਖੋ ਬਠਿੰਡਾ ਤੋਂ ਦਿੱਲੀ ਵੀਰ ਜੀ ਕਿੰਨੇ ਕਿਲੋਮੀਟਰ ਬਣ ਜਾਂਦਾ ਹੈ 400 ਦੇ ਆਸ ਪਾਸ ਬਣ ਜਾਂਦੇ 400 ਦੇ ਬਣ ਜਾਂਦੇ ਦੇਖੋ 400 ਕਿਲੋਮੀਟਰ ਜੀ 400 ਕਿਲੋਮੀਟਰ ਇੱਕ ਪਾਸਾ ਬਣ ਜਾਂਦਾ ਹੈ ਦੋਨੇ ਪਾਸੇ 800 ਕਿਲੋਮੀਟਰ ਦੋਨੇ ਪਾਸੇ ਬਣ ਜਾਂਦਾ ਇੰਨਾ ਲੰਮਾ ਸਫ਼ਰ ਤੈਅ ਕਰਕੇ ਤੁਸੀਂ ਆਏ ਹੋ ਅੱਛਾ ਜਿਹੜੇ ਪੰਜਾਬ ਦੇ ਵਿੱਚ ਲੋਕ ਹਜੇ ਤੱਕ ਇਸ ਸੰਘਰਸ਼ ਵਿੱਚ ਨਹੀਂ ਪਹੁੰਚੇ ਨਹੀਂ ਗਏ ਅਤੇ ਇੱਧਰਲੇ ਪਾਸੇ ਸਾਰੇ ਪਾਸੇ ਦਿਖਾਓ ਜੀ ਇੱਧਰ ਦੀ ਆ ਜਾਓ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣੇ ਹੋ ਜਿਹੜੇ ਘਰਾਂ ਵਿੱਚ ਬੈਠੇ ਅੱਜ ਤਾਂ ਹੀ ਕਈ ਲੋਕ ਅਜੀਬ ਹੱਸ ਰਹੇ ਹੈਗੇ ਵੀ ਸਾਈਕਲ 'ਤੇ ਜਾ ਰਹੇ ਮੈਂ ਨੋਟ ਕੀਤਾ ਹੈਗਾ ਵੈਸੇ ਮੈਂ ਕਿਸੇ ਨੂੰ ਕਹਿੰਦਾ ਨਹੀਂ ਗਾ ਮੈਂ ਨੋਟ ਕੀਤਾ ਵੀ ਹੱਸ ਰਹੇ ਯਾਰ ਸਾਈਕਲ 'ਤੇ ਉਹਨਾਂ ਨੂੰ ਐਂ ਨਹੀਂ ਪਤਾ ਵੀ ਨੁਕਸਾਨ ਕੀ ਹੈ ਤਾਂ ਜਿਹੜੇ ਹੱਸ ਰਹੇ ਲੋਕਾਂ ਨੇ ਉਹਨਾਂ ਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਨੁਕਸਾਨ ਕੀ ਹੈ ਇਸ ਚੀਜ਼ ਦਾ ਵੀ ਹਜੇ ਲੋਕਾਂ ਨੂੰ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਜਾਗਰਤ ਹੋਣੀ ਚਾਹੀਦੀ ਹੈ ਜਿਹੜੇ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਣੀਆਂ ਪੰਜਾਬ 'ਚ ਆਈਆਂ ਉਹਨਾਂ ਨੂੰ ਵੱਧ ਤੋਂ ਵੱਧ ਮੇਰੀ ਬੇਨਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰੋ ਅਤੇ ਉੱਥੇ ਭੇਜੋ ਜੀ ਅੱਛਾ ਹਜੇ ਵੀ ਲੋਕਾਂ ਨੂੰ ਕੁਛ ਨਹੀਂ ਪਤਾ ਕੀ ਚੀਜ਼ ਕੀ ਹੈ ਉਹ ਤਾਂ ਕਹਿੰਦੇ ਕੰਮ ਹੀ ਨਹੀਂ ਸਾਡਾ ਜੀ ਤਾਂ ਕਰਕੇ ਦੇਖੋ ਅਜੇ ਵੀ ਲੋਕ ਜਿਹੜੇ ਵਿੱਚ ਹੈਗੇ ਜਿਹੜੇ ਜਾਗਰੂਕ ਨਹੀਂ ਹੈਗੇ ਕਹਿੰਦੇ ਜਦੋਂ ਮੈਂ ਜਾ ਰਿਹਾ ਸੀ ਸਾਈਕਲ ਦੇ ਉੱਪਰ ਇਸ ਦੇ ਇੱਕ ਤਰ੍ਹਾਂ ਦੀ ਵੀਲ ਚੇਅਰ ਹੈ ਇਹ ਵੀ ਔਰ ਇਹਦੇ ਉੱਪਰ ਜਾ ਰਿਹਾ ਸੀ ਕਹਿੰਦੇ ਕੁਝ ਲੋਕ ਹੱਸ ਵੀ ਰਹੇ ਸੀਗੇ ਵੀ ਮੈਨੂੰ ਦੇਖ ਕੇ ਵੀ ਕਿਸ ਤਰ੍ਹਾਂ ਤੁਸੀਂ ਇਹ ਦੇ ਵਿੱਚ ਜਾ ਰਹੇ ਹੋ ਪਰ ਇਹਨਾਂ ਦਾ ਜਿਹੜਾ ਉਤਸ਼ਾਹ ਹੈ ਔਰ ਇਹਨਾਂ ਦਾ ਸੰਦੇਸ਼ ਇਹੋ ਜਿਹੇ ਲੋਕਾਂ ਲਈ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸੰਦੇਸ਼ ਇਹੀ ਹੈ ਵੀ ਜੇ ਮੈਨੂੰ ਦੇਖ ਕੇ 10 ਬੰਦੇ ਹੀ ਪਹੁੰਚਦੇ ਹੈ ਤਾਂ ਮੈਂ ਸਮਝੋ ਮੇਰਾ ਜਾਣਾ ਸਫਲ ਹੋ ਗਿਆ ਬਿਲਕੁਲ ਹਾਂਜੀ ਵੱਧ ਤੋਂ ਵੱਧ ਜਾਣਾ ਚਾਹੀਦਾ ਹੈਗਾ ਮੇਰੇ ਹਿਸਾਬ ਨਾਲ ਹਾਂਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਵੀ ਇੱਕ ਘਰ ਦਾ ਇੱਕ ਜੀ ਨੂੰ ਤਾਂ ਜਾਣਾ ਚਾਹੀਦਾ ਉੱਥੇ ਮੇਰੇ ਹਿਸਾਬ ਨਾਲ ਲੇਡੀਜ਼ ਹੋ ਜੈਂਟਸ ਹੋਵੇ ਇੱਕ ਜਣੇ ਨੂੰ ਜਾਣਾ ਚਾਹੀਦਾ ਘਰ ਦੇਖਣ ਦੇਖੋ ਇਹਨਾਂ ਦਾ ਬਹੁਤ ਵੱਡਾ ਸੰਦੇਸ਼ ਹੈ ਜੀ ਕਹਿੰਦੇ ਮੈਨੂੰ ਵੇਖ ਕੇ ਕਿਸੇ ਦੇ ਅੰਦਰ ਉਤਸ਼ਾਹ ਬਣੇ ਮੈਂ ਇਸੇ ਕਰਕੇ ਇਹ ਜਿਹੜਾ ਐਡਾ ਵੱਡਾ ਸਫ਼ਰ ਤੈਅ ਕਰਨ ਦਾ ਜਿਹੜਾ ਬੀੜਾ ਚੁੱਕਿਆ ਵੀ ਮੇਰੇ ਦੇਖ ਕੇ ਤਾਂ ਜੇ 10 ਬੰਦੇ ਵੀ ਇਸ ਸੰਘਰਸ਼ ਵਿੱਚ ਜਾਂਦੇ ਨੇ ਤਾਂ ਮੈਂ ਆਪਦਾ ਸਾਰਾ ਟੂਰ ਇਹ ਸਫਲ ਸਮਝੂੰਗਾ ਪਰ ਵੀਰ ਦੱਸ ਰਿਹਾ ਵੀ ਮੈਂ ਹੁਣ ਇੱਕ ਵਾਰ ਪਿੰਡ ਜਾ ਕੇ ਦੁਬਾਰਾ ਫਿਰ ਇਹ ਚਾਲਾ ਇਸ ਤਰ੍ਹਾਂ ਹੀ 400 ਕਿਲੋਮੀਟਰ ਲੰਮਾ ਪਾਉਣਾ ਸੋ ਵੀਰ ਨੂੰ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਕਿਰਪਾ ਕਰਨ ਇਹਦੇ ਉੱਪਰ ਇਹਨੂੰ ਸਿਹਤ ਜਾਬੀ ਬਖਸ਼ਣ ਦੁਬਾਰਾ ਫਿਰ ਸਿੰਘੂ ਬਾਰਡਰ 'ਤੇ ਉਤਸ਼ਾਹਿਤ ਤੌਰ 'ਤੇ ਵੀਰ ਫਿਰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਜਾਵੇ ਆਪਾਂ ਹੁਣ 2-4 ਨਾਅਰੇ ਨੇ ਜਿਹੜੇ ਇਸ ਕਾਲੇ ਕਾਨੂੰਨਾਂ ਦੀ ਬਾਬਤ ਮਾਰਨੇ ਨੇ ਵੀਰ ਜੀ ਤੁਸੀਂ ਨਾਅਰੇ ਮਰਵਾਓ ਅਤੇ ਸਾਰੀ ਸੰਗਤ ਨਾਲ ਬੋਲੇਗੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 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 ਅੱਗੇ ਆ ਜਾਓ ਜੀ ਨੇੜੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।